ਬੇਟਾ ਬਣਾ ਲੈਂਦੇ ਮੈਂ ਤੁਸੀਂ ਲੋ ਪਾਲੇ ਨੂੰ ਵੀ ਦੱਸ ਦੋ ਪਾਲੇ ਦਾ ਰਿਸ਼ਤਾ ਹੋਣ ਡਿਆ ਹੈ ਮਿੱਠੇ ਗੁਣੇ ਬਣ ਰਹੇ ਬੇਟੇ ਦੂਜੀ ਬੁਕਿੰਗ ਮਿਲ ਗਈ ਅੱਜ ਆਪਾਂ ਨੂੰ ਹੈਲੋ ਜੀ ਕੀ ਹਾਲ ਚਾਲ ਮੈਂ ਤੁਹਾਡਾ ਆਪਣਾ ਹਰਪਾਲ ਧਾਲੀਵਾਲ ਦੋ ਚਾਰ ਪੰਜ ਦਿਨ ਦੇ ਰੈਸਟ ਦੇ ਬਾਅਦ ਚ ਵਲੋਗ ਬਣਾਉਣ ਲੱਗਾ ਹੈ ਤੇ ਵਲੋਗ ਫਿਰ ਕਿਤੇ ਨਾ ਕਿਤੇ ਵਿਆਹ ਰਿਲੇਟਡ ਹੀ ਆ ਮਹਿੰਦੀ ਤੇ ਚੱਲਿਆ ਚਾਚੇ ਘਰ ਜੇ ਤੁਸੀਂ ਪੁਰਾਣੇ ਵਲੋਗਸ ਵੇਖੇ ਹੋਣਗੇ ਤੁਹਾਨੂੰ ਮੈਂ ਵਿਖਾਇਆ ਸੀ ਆਪਣਾ ਪੁਰਾਣਾ ਘਰ ਅਸੀਂ ਡੇਰਿਆ ਕਹਿ ਦਿੰਦੇ ਹਾਂ ਉੱਥੇ ਸਾਰੇ ਚਾਚੇ ਤਾਏ ਮਤਲਬ ਸਾਰੇ ਧਾਲੀਵਾਲਾਂ ਦਾ ਡੇਰਾ ਹੈ ਚੱਲੇ ਹਾਂ ਪਹਿਲਾਂ ਚਾਚੇ ਘਰ ਘਰ ਦੇ ਰੈਡੀ ਨੇ ਲੇਟ ਹੋ ਗਏ ਹਾਂ ਥੋੜ੍ਹਾ ਕਿਉਂਕਿ ਉਹਨਾਂ ਨੇ ਸਾਨੂੰ 10-11 ਵਜੇ ਸੱਦਿਆ ਸੀ ਐਂਡ 12 ਵਜੇ ਚੱਲੇ ਨੇ ਘੱਟੋ ਘੱਟ ਆ ਕੀ ਹੈ ਮਿੱਠੇ ਗੁਣੇ ਬਣ ਰਹੇ ਬੇਟੇ ਮਿੱਠੇ ਗੁਣੇ ਬਣਦੇ ਨੇ ਕਿੰਨੀ ਦੇਰ ਤੱਕ ਬਣ ਐਦਾਂ ਖਾ ਲਾ ਆਟਾ ਆ ਕੀ ਹੈ ਪਾਲੇ ਦਾ ਵਿਆਹ ਕਰਾ ਨਹੀਂ ਤੁਹਾਨੂੰ ਮੇਰਾ ਵਿਆਹ ਕੋਈ ਯਾਦ ਆ ਜਾਂਦਾ ਹਰ ਮੌਕੇ ਤੇ ਹੋਰ ਕੁਵਾਰੇ ਰਹਿਣਾ ਵਾ ਨਹੀਂ ਤੇ ਗੁਣੇ ਮੈਨੂੰ ਖਵਾਇਆ ਕਰ ਨਹੀਂ ਕਹਿੰਦੇ ਯਾਰ ਵਿਆਹ ਤੇ ਤੁਸੀਂ ਸੁਣ ਲਿਆ ਪਾਲੇ ਨੂੰ ਵੀ ਦੱਸ ਦੋ ਪਾਲੇ ਦਾ ਰਿਸ਼ਤਾ ਹੋਣ ਡਿਆ ਹੈ ਪਾਲੇ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਕੌਣ ਬੇਟੀ ਵਿੱਚ ਚੋਲਣ ਚਾਚੀ ਦੀਆਂ ਲੱਤਾਂ ਘੁੱਟਦਾ ਮੈਂ ਹਾਂ ਤੁਹਾਨੂੰ ਬਿਨਾਂ ਦੱਸੇ ਕਰ ਦੇਣਾ ਭਲਾ ਅਸੀਂ ਸਾਡੇ ਭਲਾ ਵਿਆਹ ਦੇ ਪੂੜੇ ਨੀ ਮੰਨਨੇ ਨਹੀਂ ਹਜੇ ਟਾਈਮ ਲੱਗਣਾ ਕੱਢਣ ਚ ਠੀਕ ਸਹੀ ਹੈ ਨਹੀਂ ਸਵਾਦ ਨੀ ਗਾ ਸਵਾਦ ਹੈਗਾ ਹਾਂ ਸਵਾਦ ਲੱਗਾ ਈ ਥੋੜਾ ਜਿਹਾ ਦੇ ਦੇ ਮੈਨੂੰ ਵੀ ਛੋਟੀ ਲੱਗਣ ਡੀ ਮੈਨੂੰ ਹਾਂ ਪੜਨਾ ਵੇਖ ਲੈਣੇ ਚਾਚਾ ਜੀ ਮੇਰੇ ਕੋਲ ਪੜਨਾ ਲੈ ਕੇ ਆਏ ਨੇ ਬੜੀ ਕੋਸ਼ਿਸ਼ ਕਰਕੇ ਹੁਣ ਚਾਚੇ ਨੂੰ ਕੁਛ ਬਣਾਵਾਂਗਾ ਅੱਜ ਮੈਂ ਨਹੀਂ ਸਿੰਗਲ ਤੇ ਕੋਸ਼ਿਸ਼ ਕਰ ਸਭ ਤੋਂ ਪਹਿਲਾਂ ਵਾਲ ਖੜੇ ਕਰਨੇ ਆ ਤੁਸੀਂ ਫਿਰ ਪੜਨਾ ਵਧੀਆ ਵੱਜਣਾ ਹੈ ਮੇਰੀ ਗੱਲ ਸੁਣੋ ਇੰਨਾ ਰੋੜਾ ਕਿਉਂ ਪਾਇਆ ਤੂੰ ਚੱਜ ਨਾਲ ਵੀਡੀਓ ਬਣਾ ਲਾ ਆ ਕੀ ਆ ਇਦਾਂ ਦੀ ਵੀਡੀਓ ਕਮਲ ਵੀ ਨਹੀਂ ਬਣਾ ਸਕਦਾ ਇਦਾਂ ਦੀ ਜਿੱਦਾਂ ਦੀ ਮੈਂ ਬਣਾਉਣ ਆ ਤੇ ਵਿਆਹ ਤੇ ਫੋਟੋਗ੍ਰਾਫਰ ਫਿੱਟਾ ਹੈ ਯਾਰ ਪਰਨਾ ਹੀ ਬੜਾ ਛੋਟਾ ਏ ਹਲਕਾ ਪਰਨਾ ਏ ਹਲਕਾ ਫੁੱਲ ਵੈਲ ਜੀ ਓਹੋ ਫੁੱਲ ਵੈਲ ਨਹੀਂ ਮਤਲਬ ਹਜੇ ਚਾਹ ਪੀਣ ਉਹ ਤੋਂ ਬਾਅਦ ਡੀਜਾ ਉਹ ਨਵਰਾਤ ਨੂੰ ਪਟਕਦੀ ਆ ਦੋ ਤਿੰਨ ਸ਼ਹੀਦ ਹੋ ਜਾਣੇ ਨੇ ਅੱਜ ਜਾਗਦੇ ਮੈਨੂੰ ਪਰਨਾ ਵੱਜਦੇ ਵੱਜਦੇ ਤਿੰਨ ਕੁੜਤਾ ਪਜਾਮਾ ਵੀ ਕੱਢ ਫਿਰ ਕਾਲਾ ਸਿੱਖਣ ਡੇ
ਬਾਅਦ ਚੋ ਪੀ ਲਿਓ ਚਾਹ ਏਡੀ ਜਿਹੜੀ ਮੈਂ ਕੰਮ ਕਰਨੇ ਆ ਜਰੂਰੀ ਆ ਵੇਖੋ ਜੇ ਮੈਂ ਇਹਨਾਂ ਨੂੰ ਹੁਣ ਗੱਡੀ ਦੀ ਚਾਬੀ ਫੜਾ ਦਾ ਤੇ ਫਿਰ ਵੀ ਇੱਕ ਦੂਜੇ ਨਾਲ ਲੜਨਗੇ ਕਿ ਮੈਂ ਜਾਣਾ ਇੱਕਦਮ ਵਧੀਆ ਬਣ ਗਏ ਦਿਓ ਮੈਂ ਚੰਗਾ ਪੱਗਾਂ ਵਾਲਿਆਂ ਨਾਲ ਲੱਗਣਾ ਕਹਿੰਦਾ ਇੱਕਦਮ ਵਧੀਆ ਬਣ ਗਏ ਪੱਗ ਪੂਰੀ ਵਧੀਆ ਸੀ ਲੇਕਿਨ ਲੜ ਲੰਮਾ ਹੁੰਦੇ ਕਾਰਨ ਇੱਕ ਵਾਰੀ ਹੋਰ ਪਿੱਛੇ ਆ ਗਏ ਨੇ ਵੇਖੋ ਪੀਲੇ ਪੀਲੇ ਸੂਟ ਪਾ ਗਏ ਡੀਜੇ ਲੱਗ ਰਿਹਾ ਪੂਰਾ ਤਮਾਮ ਲੜਾਈ ਚੱਲ ਰਹੀ ਹੈ ਪੂਰੀ ਡੀਜੇ ਵਾਲਿਆਂ ਦੀ ਵੇਖੋ ਲੜ ਲੜ ਮਰ ਗਏ ਨੇ ਸਪੀਕਰ ਚੁੱਕਣ ਪਿੱਛੇ ਐਰਕਾਂ ਇੱਕ ਹੋਰ ਸਪਾਰਟੀ ਮਿਲ ਗਿਆ ਦੋਵੇਂ ਜਣੇ ਮਿਲ ਕੇ ਬੰਨਾਂਗੇ ਹੁਣ ਥੋੜਾ ਹੁਣ ਵੱਡਾ ਰੱਖੋ ਹੋਰ ਵੱਡਾ ਕਰ ਲਓ ਜ਼ਿਆਦਾ ਲੰਬਾ ਵੀ ਨਾ ਹੋ ਜਾਏ ਕਿਤੇ ਹੁਣ ਦੋ ਕਾਰੀਗਰ ਲੱਗ ਗਏ ਨੇ ਲੜ ਪਹਿਲਾਂ ਹੀ ਗਲਤ ਰੱਖਿਆ ਤੁਸੀਂ ਤੂੰ ਚੱਲ ਜਾ ਮੇਰੇ ਲਾਗੋਂ ਤੈਨੂੰ ਮੈਂ ਕਹਿੰਦੇ ਤੂੰ ਚੱਲ ਜਾ ਮੇਰੇ ਲਾਗੋਂ ਆ ਵੇਖੋ ਦੱਸਣ ਕੁੰਡਿਆ ਜਾਈ ਦੀ ਪੱਗ ਵੇਖਿਓ ਇੱਕ ਵਾਰੀ ਚਿਰਾਗ ਸ਼ਾਹੀ ਬੰਨੀ ਆ ਆਪ ਤੋਂ ਕਿੱਥੇ ਗਵਾਚੀ ਫੈਂਟੀ ਏ ਹੈ ਕਿੱਥੇ ਆਈ ਏ ਕੋਟ ਵੋਟ ਪਿਛਲੇ 15 ਮਿੰਟ ਤੋਂ ਕਾਰਜਕ੍ਰਮ ਚੱਲ ਰਿਹਾ ਏ ਅਗਲਾ ਲੜ ਫੇਰ ਵੱਡਾ ਆ ਗਿਆ ਸੀ ਉਹ ਲਾ ਕੇ ਆਪਾਂ ਅਗਲਾ ਲੜ ਆਵਲਾ ਜਿਹੜਾ ਪਹਿਲਾਂ ਵੱਡਾ ਆ ਗਿਆ ਸੀ ਹੁਣ ਆਪਾਂ ਲਾ ਕੇ ਆਵੇ ਕੋਈ ਇਹਦੇ ਪਿੱਛੇ ਪਾਤਾ ਹੈ ਤੇ ਜਿਹੜੀ ਇਹਦੀ ਪਿਛਲੀ ਪੂਛ ਏ ਆਵਲੀ ਪੂਛ ਇਹਦਾ ਆਪਾਂ ਮੋਰ ਬਣਾ ਦੇਣਾ ਹੁਣ ਵੇਖਿਓ ਚਾਚਾ ਜੀ ਅਜੇ ਨਹੀਂ ਨਾ ਵੇਖਣਾ ਤੁਸੀਂ ਅੱਛਾ ਹਾਂ ਇਨ ਦੀ ਐਂਡ 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 ਮਣੀ ਆਂਦੇ ਜਿਹੜੀ ਇਹਦੀ ਪਿਛਲੀ ਪੂਛ ਆ ਮੈਂ ਕਿਹਾ ਵਾਢੀ ਦੋ ਹਾਂ ਡਾਬਰਮੈਨ ਥੋੜੀ ਏ ਬੰਦ ਕਰ ਲੋ ਯਾਰ ਆ ਪੱਗ ਚਾਚਾ ਜੀ ਮੈਂ ਤੇ ਆਣਾ ਨਾ ਬੰਨੋ ਤੂੰ ਜਾ ਚੁੱਪ ਕਰਕੇ ਚੱਲ ਜਾ ਮੇਰੇ ਲਾਗੋ ਨਹੀਂ ਨਹੀਂ ਹੁਣ ਤਾਂ ਵਧੀਆ ਸਹੀ ਨਹੀਂ ਲੱਗਣ ਦੀ ਆ ਆ ਲੜ ਚੈੱਕ ਕਿਤੇ ਜਾਣ ਇਧਰ ਵੜ ਚੈੱਕ ਕਿਤੇ ਜਾਣ ਹਾਂ ਯਾਰ ਹੁਣ ਇੱਕ ਲੜ ਘੱਟ ਹੈ ਨਾ ਤਾਂ ਛੋਟੀ ਲੱਗਣ ਦੀ ਹੈ ਤੈਨੂੰ ਵਾਹ ਬਾਈ ਵਾਹ ਪਾਣੀ ਵਾਰ ਬੰਨੇ ਦੀ ਮਾਏ ਹੁਣ ਤੀਜਾ ਬੰਦਾ ਹੈ ਕਹਿੰਦਾ ਮੋਰ ਦੀ ਵਾਰੀ ਜ਼ਿੰਮੇਵਾਰੀ ਮੈਨੂੰ ਦੋ ਸ਼ਰਮਾਨ ਕਿਉਂ ਲਿਆ ਔਰੇ ਸਹੀ ਹੈ ਨਾ ਨਾ ਸਹੀ ਹੈ ਸਹੀ ਹੈ ਨਾ ਸਹੀ ਹੈ ਪਿੰਨ ਲਾ ਲਿਆ ਉਹ ਚਾਚੇ ਕੋਲ ਦੂਜੀ ਬੁਕਿੰਗ ਮਿਲ ਗਈ ਅੱਜ ਆਪਾਂ ਨੂੰ ਬੰਦਾ ਹਾਂ ਤੂੰ ਹੁਣ ਕੀ ਬੱਚਾ ਕੀ ਬੰਨਾ ਹੀ ਹੁਣ ਪੂਰੀ ਪੱਗ ਤੇ ਵੱਜ ਗਈ ਹੈ ਇੱਕਦਮ ਵਧੀਆ ਹੋ ਗਈ ਹੈ ਹਣਾ ਹਾਂ ਪੂਰੀ ਸੈੱਟ ਹੈ ਚੱਪਲ ਵੀ ਲਾਉਂਦਾ ਚੱਪਲ ਲਾਉਂਦਾ ਚੱਪਲ ਲਾ ਪੇ ਲਾਉਦੀ ਫਿਰ ਬਿਠਾ ਵੱਡਾ ਭਰਾ ਲਾਉਂਦਾ ਜਿੰਨੇ ਮਰਜ਼ੀ ਕੋਸ਼ਿਸ਼ ਕਰ ਲੋ ਪੂਰੇ ਖਵਾ ਕੇ ਜੋ ਮਰਜ਼ੀ ਕਰ ਲੋ ਕਿਵੇਂ ਨਹੀਂ ਖਾਈਦਾ ਫਿਰ ਚਾਹ ਲਿਆਓ
ਫੋਟੋ ਸ਼ੂਟ ਚੱਲਦਾ ਹੋਇਆ ਬਹੁਤ ਵੱਡਾ ਥਾਰ ਦੇ ਨਾਲ ਬਹੁਤ ਤਗੜਾ ਫੋਟੋ ਸ਼ੂਟ ਚੱਲਦਾ ਉਧਰ ਡੀਜੇ ਲੱਗਣ ਲੱਗੇ ਆ ਗਏ ਅਸੀਂ ਤੇ ਅਰੇ ਯਾਰ ਤੁਸੀਂ ਨਾ ਕੈਮਰਾ ਗੰਦਾ ਕਰਤਾ ਸਾਫ਼ ਕਰ ਲੈਣ ਦੋ ਫੋਟੋ ਬੜੀ ਤਗੜੀ ਆਈਆਂ ਜੀ ਫੋਟੋ ਬਹੁਤ ਅੱਛੀ ਆਈ ਹੈ ਉਹਨੇ ਜਾ ਕੇ ਦੇਖੋ ਮੇਰੇ ਇੰਸਟਾਗ੍ਰਾਮ ਤੇ ਹਰਪਾਲ ਧਾਲੀਵਾਲ ਜੀਰੋ ਤੇ ਗੱਲ ਇਹ ਵਾ ਕਿ ਮੈਨੂੰ 5-7 ਪੂੜੇ ਖਵਾਏ ਜਾ ਰਹੇ ਨੇ ਇਹਨਾਂ ਨੂੰ ਲੱਗ ਰਿਹਾ ਮੇਰੇ ਪੂੜਿਆਂ ਦੇ ਚੱਕਰ 'ਚ ਵਿਆਹ ਹੋ ਜਾਏਗਾ ਅਗਰ ਇੱਦਾਂ ਵਿਆਹ ਹੋਣਾ ਹੁੰਦਾ ਤੇ 5-7 ਵਾਰੀ ਹੋ ਜਾਣਾ ਸੀ ਆਪਣਾ ਰੋਟੀ ਜੋਗੀ ਜਗ੍ਹਾ ਛੱਡੀ ਪੂੜੇ ਖਵਾ ਖਵਾ ਕੇ ਸਵੇਰ ਦੇ ਪੂੜੇ ਹੀ ਖਾਣ ਇੱਕੋ ਲੋਕੇਸ਼ਨ ਚ ਨਿਕਲਿਆ ਵੀਡੀਓ ਵੀਡੀਓ ਸਲੋ ਮੋਸ਼ਨ ਤੁਰ ਗਿਆ ਹੌਲੀ ਹੌਲੀ ਓਏ ਹੋਰ ਹੋਰ ਹੌਲੀ 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 ਤੁਰ ਗਿਆ ਆ ਹੋਰ ਹੌਲੀ ਅਰੇ ਆਏ ਆਏ ਹੋਰ ਹੌਲੀ ਹੋਰ ਹੌਲੀ ਹੋਰ ਹੌਲੀ ਬਾਵਾ ਨੂੰ ਕੌਣ ਕਹਿੰਦੇ ਤੇਰੀ ਇਦਾਂ ਕਰਨ ਨੂੰ ਓਏ ਬਾਵਾ ਵੀਡੀਓ ਵੀਡੀਓ ਬਣਵਾਤੀ ਆ ਇਹਨਾਂ ਨੇ ਤੇਰੀ ਹਾਂ ਫੋਟੋ ਤਾਂ ਇੱਕ ਵੀ ਨਹੀਂ ਖਿੱਚੀ ਤੇਰੀ ਇਹਨੂੰ ਕੁਝ ਕਹੀਂ ਆ ਜਿਹੜਾ ਪਿਲੀ ਪੱਗ 'ਚ ਇਹ ਹਲਦੀ ਬੋਏ ਹਲਦੀ ਬੋਏ ਨਿੱਕੇ ਦਾ ਨਾਂ ਕੱਲ ਮਿਲੇਂਗੇ ਜਾਗੋ ਪੇ ਠੀਕ ਹੈ ਚਲੋ ਅੱਛਾ ਦੋਨੇ ਆਪਣੇ ਕੋਲ ਮੋਟਰਸਾਈਕਲਾਂ ਫਿਰ ਠੀਕ ਹੈ ਮੈਨੂੰ ਲੱਗਾ ਇੱਕ ਤੇ ਚਾਰੇ ਜਾਵਾਂਗੇ ਮੀਕੇ ਆ ਜਾ ਚੱਲ ਗਿਆ ਨੀ ਹੌਲੀ ਹੌਲੀ ਚੱਲ ਠੰਡ ਬੜੀ ਆ ਹਾਂਜੀ ਯਾਰ ਹੁਣੀ ਪਹੁੰਚ ਗਏ ਨੇ ਘਰ ਤੇ ਹੁਣ ਰੈਸਟ ਕਰਾਂਗੇ ਆਈ ਹੋਪ ਅੱਜ ਦਾ ਵਲੋਗ ਵਧੀਆ ਲੱਗਿਆ ਹੋਊਗਾ ਅਤੇ ਕੱਲ੍ਹ ਦਾ ਵਲੋਗ ਤੁਹਾਨੂੰ ਹੋਰ ਵੀ ਵਧੀਆ ਲੱਗੂਗਾ ਕਿਉਂਕਿ ਅੱਜ ਤਾਂ ਖਾਲੀ ਹਲਦੀ ਸੀਗੀ ਅਤੇ ਕੱਲ੍ਹ ਵਾ ਮਹਿੰਦੀ ਪਲੱਸ ਜਾਗੋ ਅਤੇ ਜਾਗੋ ਤਾਂ ਯਾਰ ਉਹਨਾਂ ਨੇ ਨਵਾਂ ਕੁੜਤਾ ਪਜਾਮਾ ਸਵਾਇਆ ਹੈ ਮਤਲਬ ਥੋੜ੍ਹਾ ਅਲੱਗ ਜਿਹੇ ਟਾਈਪ ਦਾ ਕੁੜਤਾ ਪਜਾਮਾ ਹੈ ਅਤੇ ਕੱਲ੍ਹ ਦਾ ਵਲੋਗ ਵੀ ਬੜਾ ਇੰਟਰਸਟਿੰਗ ਹੋਣ ਵਾਲਾ ਹੈ ਅਤੇ ਮਿਲਦੇ ਹਾਂ ਅਗਲੇ ਵਲੋਗ ਦੇ ਵਿੱਚ ਟਿਲ ਦੈਨ ਟੇਕ ਕੇਅਰ ਬਾਬਾ ਨੀਂਦ ਉਡੀ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਫਿਰ ਟਾੜਾ